आज पिछले दिन दे जी श्रोमणी गुरद्वारा प्रबंधक कमेटी की सालाना चोन हुई सी ओदी एग्जैक्टिव की अहदेदारा की पहली पलेठी मीटिंग सी जिहदे विच बहुत सारे मुद्दे साढ़े रूटीन दे हुंदे आ पर कुछ मुद्दे जिहड़े ओह बहुत जरूरी ते अहम जिहड़े कौम दे नाल संबंधित आ ओह भी डिस्कस कीते गए। सब तो वड्डा भावें असी बंदी सिंघां दे मसले दे विच सिग्नेचर मुहिम शुरू की गवर्नर साहब नूं भी उहदा मैमोरेंडम दे के आए हाँ उन्हां दा चंगा हुंगारा सी ते उन्होंने ये भी कहा सी कि मैं जाके ये जरूर थोड़ी जिहड़ी मंग आ उत्ते जाके पहुँचाऊँगा पर अज एग्जैक्टम फिर बंदी सिंघां दी रिहाई लई वचनबद्धता जिहड़ी अपनी दोहराउंदी आ ਇਹ ਅੱਜ ਐਗਜੈਕਟਿਵ ਦਾ ਫੈਸਲਾ ਸੀ ਅਤੇ ਇਹਦੇ 'ਤੇ ਲਗਾਤਾਰ ਜਿਹੜੇ ਉਹ ਯਤਨ ਜਾਰੀ ਰਹਿਣਗੇ। ਆਉਂਦੇ ਦਿਨਾਂ ਦੇ ਵਿੱਚ ਅੱਜ ਇੱਕ ਫੈਸਲਾ ਹੋਇਆ ਕਿ ਸਮੁੱਚੇ ਤੌਰ 'ਤੇ ਜਿਹੜੇ ਵਿਦਵਾਨ ਸੱਜਣ ਆ ਅਤੇ ਵਕੀਲ ਆ ਉਹਨਾਂ ਦੀ ਇੱਕ ਮੀਟਿੰਗ ਜਿਹੜੀ ਆ ਉਹ ਚੰਡੀਗੜ੍ਹ ਸੱਦੀ ਜਾਵੇ ਤਾਂ ਕਿ ਇਸ ਮੁੱਦੇ ਦੇ ਉੱਤੇ ਕੰਸੈਂਸਸ ਬਣ ਸਕੇ क्योंकि जथेदार अकाल तख्त साहब वालों आदेश सेगा कि तुसीं जथेबंदियां दी मीटिंग सद्दो पर अज एक यह सवाल उभर के सामने आया कि उस तो पहला एक आपां मीटिंग करिए सिख विद्वानां दे नाल ते वकीलां दे नाल असीं यतन करांगे उहदी आउंदे दिनां दे विच डेट असीं डिसाइड कर लांगे वो सारे सज्जन साहिबानां नूं फिर असीं उत्थे इक वड्डा कट करके फिर उहदे विच सारी ये जिहड़ी बंदी सिंघां दी रिहाई संबंधी ते इहनूं किवें संघर्ष दी रूपरेखा लिखणी उहदे बारे सारा बैठ के फैसला कीता जाऊगा। ते उहदे लई बैठ के असीं फैसला कीता कि 25 तरीक नूं कलगीधर निवास विखे एक मीटिंग जिहड़ी आ उह सद्दी जाऊगी जिहदे विच सारे मुद्दे जिहड़े आ उह बैठ के डिस्कस कीते जाणगे। ਉਹ ਤੋਂ ਇਲਾਵਾ ਪਹਿਲਾਂ ਜਿੱਦਾਂ ਤੈਅ ਕੀਤਾ ਸੀ ਕਿ ਭਾਈ ਬਲਵੰਤ ਸਿੰਘ ਜੀ ਰਾਜੋਵਾਲਾ ਉਹਨਾਂ ਨਾਲ ਵੀ ਬੈਠ ਕੇ ਇੱਕ ਸਾਡਾ ਪੈਨਲ ਜਿਹੜਾ ਆ ਉਹ ਮੀਟਿੰਗ ਜਾ ਕੇ ਕਰੂਗਾ ਉਹਦੇ ਲਈ ਵੀ ਸਾਡੇ ਜਿਹੜੇ ਉਹ ਯਤਨ ਆ ਉਹ ਅਸੀਂ ਆਰੰਭੇ ਹੋ ਆ ਉਹਦੇ ਮੁਤਾਬਕ ਫਿਰ ਅਗਲਾ ਜਿਹੜਾ ਆ ਸਟੈਪ ਜਿਹੜਾ ਉਹ ਕੀਤਾ ਜਾਵੇਗਾ। ਇੱਕ ਪਿਛਲੇ ਦਿਨੀ ਉਹ ਸਿੱਖ ਵਿਦਵਾਨ ਅਤੇ ਵਕੀਲ ਸਾਹਿਬਾਨ ਇਹ ਕਲਗੀਧਰ ਨਿਵਾਸ ਸੈਕਟਰ 27 ਕਰਤਾਰਪੁਰ ਦੇ ਪਵਿੱਤਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜਿਹੜਾ ਸਥਾਨ ਆ ਉਹਦੇ ਨਜ਼ਦੀਕ ਪਿਛਲੇ ਦਿਨਾਂ ਦੇ ਵਿੱਚ ਕੁਛ ਦੁਖਦਾਈ ਘਟਨਾ ਵਾਪਰੀਆਂ ਜਿਹੜੀਆਂ ਇੱਕ ਚਰਚਾ ਦਾ ਵਿਸ਼ਾ ਨਹੀਂ ਕਿਉਂਕਿ ਮਰਿਆਦਾ ਨਾਲ ਸੰਬੰਧਿਤ ਆ ਉਹ ਵੀ ਅਸੀਂ ਭਾਰਤ ਸਰਕਾਰ ਨੂੰ ਵੀ ਲਿਖ ਕੇ ਭੇਜ ਰਹੇ ਹਾਂ ਅਤੇ ਪਾਕਿਸਤਾਨ ਦੀ ਸਰਕਾਰ ਨੂੰ ਵੀ ਲਿਖ ਕੇ ਭੇਜ ਰਹੇ ਹਾਂ ਕਿ ਉੱਥੇ ਗੁਰੂ ਘਰਾਂ ਦੀਆਂ ਜਿਹੜੀਆਂ ਮਰਿਆਦਾਵਾਂ ਆ ਉਹਨਾਂ ਨੂੰ ਜ਼ਰੂਰ ਜਿਹੜਾ ਉਹਨਾਂ ਧਿਆਨ ਵਿੱਚ ਰੱਖਿਆ ਜਾਵੇ ਕਿਉਂਕਿ ਗੁਰਦੁਆਰਾ ਸਾਹਿਬਾਨ ਦੀ ਇੱਕ ਆਪਦੀ ਮਰਿਆਦਾ ਹੁੰਦੀ ਉਹ ਮਰਿਆਦਾ ਦੇ ਤਹਿਤ ਜ਼ਰੂਰੀ ਹੁੰਦਾ ਕਿ ਉਹ ਸਾਰੀ ਮਰਿਆਦਾ ਉੱਥੇ ਲਾਗੂ ਹੋਵੇ। ਸੋ ਪਿਛਲੇ ਦਿਨ ਉਹ ਹੋਇਆ ਉਹਦੀ ਰਿਪੋਰਟ ਵੀ ਅਸੀਂ ਮੰਗਾ ਰਹੇ ਹਾਂ ਅਤੇ ਇਹ ਵੀ ਅਸੀਂ ਮੰਗ ਕਰਦੇ ਹਾਂ ਪਾਕਿਸਤਾਨ ਸਰਕਾਰ ਤੋਂ ਵੀ ਉਹਨਾਂ ਦੀ ਉਸ ਸਥਾਨ ਦੀ ਜਿਹੜੀ ਪਵਿੱਤਰਤਾ ਆ ਉਹਨੂੰ ਜਿਹੜਾ ਆ ਉਹ ਬਰਕਰਾਰ ਰੱਖਿਆ ਜਾਵੇ। ਅਕਾਬ ਬੋਰਡ ਨੂੰ ਵੀ ਲਿਖ ਕੇ ਭੇਜਾਂਗੇ ਵਾਨਾਂ ਦੀ ਅਕਾਬ ਬੋਰਡ ਕਰਦਾ ਆ ਤਾਂ ਕਿ ਉਹ ਵੀ ਇਹਨਾਂ ਸਾਰਿਆਂ ਮਸਲਿਆਂ ਦੀ ਸਾਨੂੰ ਰਿਪੋਰਟ ਭੇਜ ਸਕਣ। ਇੱਕ ਥੋੜ੍ਹਾ ਜਿਹਾ ਜਿਹੜਾ ਇੱਕ ਮੀਡੀਆ ਨਾਲ ਤੁਹਾਡੇ ਨਾਲ ਇਹ ਸੰਬੰਧਿਤ ਆ ਉਹ ਹੈਗਾ ਵੀ ਪਿਛਲੇ ਦਿਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖਾਂ ਖਿਲਾਫ਼ ਲਗਾਤਾਰ ਕੀਤਾ ਜਾ ਰਿਹਾ ਕੂੜ ਅਤੇ ਨਫ਼ਰਤੀ ਪ੍ਰਚਾਰ ਬੇਹੱਦ ਮੰਦਭਾਗਾ ਹੈ ਜਿਸ ਦੀ ਕਰੜੀ ਨਿੰਦਾ ਕੀਤੀ ਜਾਂਦੀ ਹੈ। ਧਿਆਨ ਵਿੱਚ ਆਇਆ ਹੈ ਕਿ ਕੁਝ ਸ਼ਰਾਰਤੀ ਅਨਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਦਾ ਅਕਸ ਪਹਿਲਾਂ ਟਵਿੱਟਰ 'ਤੇ ਇੱਕ ਜਾਅਲੀ ਪੈਰੋਡੀ ਖਾਤਾ ਬਣਾ ਕੇ ਸ਼ਰੇਆਮ ਕੂੜ ਨਫ਼ਰਤੀ ਪ੍ਰਚਾਰ ਕਰ ਰਿਹਾ ਹੈ ਅਤੇ ਸਰਕਾਰਾਂ ਅਜਿਹੇ ਅਨਸਰਾਂ 'ਤੇ ਕੋਈ ਕਾਰਵਾਈ ਨਹੀਂ ਕਰਦੀ
ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਦੀ ਇਹ ਮੀਟਿੰਗ ਦੇ ਵਿੱਚ ਐਕਸ ਪਹਿਲਾਂ ਟਵਿੱਟਰ ਨਾਲ ਲਿਖਾ ਪੜ੍ਹੀ ਕਰਕੇ ਸ਼ਿਕਾਇਤ ਕੀਤੀ, ਪਰੰਤੂ ਕੰਪਨੀ ਵੱਲੋਂ ਇਹਨਾਂ ਨੂੰ ਸਹੀ ਠਹਿਰਾਇਆ ਗਿਆ, ਜੋ ਕਿ ਬੇਹੱਦ ਇਤਰਾਜ਼ ਹੋ ਗਿਆ। ਸੋ ਅਸੀਂ ਇਹਦੇ ਲਈ ਕਾਨੂੰਨੀ ਪ੍ਰਕਿਰਿਆ ਜਿਹੜੀ ਆ ਉਹ ਵੀ ਆਰੰਭਣ ਜਾ ਰਹੇ ਹਾਂ ਤਾਂ ਕਿ ਇਹੋ ਜਿਹੇ ਭੱਦੇ ਜਿਹੜੇ ਮਜ਼ਾਕ ਆ ਉਹ ਨਾ ਕੀਤੇ ਜਾਣ। ਸੋ ਉਹ ਤੋਂ ਇਲਾਵਾ ਟਵਿੱਟਰ ਉਹ ਤੋਂ ਇਲਾਵਾ ਜਿਹੜਾ ਇੱਕ ਕੱਲ੍ਹ ਮੈਨੂੰ ਇੱਕ ਖਬਰ ਮਿਲੀ ਸੀ ਕਿ ਇੱਕ ਪੱਤਰਕਾਰ ਨੇ ਮੈਨੂੰ ਟੈਲੀਫੋਨ ਕੀਤਾ ਕਿ 10 ਨਵੰਬਰ ਤੱਕ ਜਿਹੜੀਆਂ ਵੋਟਾਂ ਰਜਿਸਟਰੇਸ਼ਨ ਹੋਈਆਂ ਲਾਸਟ ਡੇਟ ਉਹਦੀ 15 ਸੀ, ਪਰ ਉਹਨੇ ਮੈਨੂੰ 10 ਤੱਕ ਦਾ ਜਿਹੜਾ ਖਾਤਾ ਦਿੱਤਾ ਵੀ 1,32,000 ਸਿਰਫ ਵੋਟਰ ਰਜਿਸਟਰਡ ਹੋਏ ਆ। ਉਹ ਤੋਂ ਬਾਅਦ ਲਾਸਟ ਡੇਟ ਭਾਵੇਂ 15 ਨਵੰਬਰ ਸੀ ਗਈ, ਪਰ ਮੈਂ ਸਮਝਦਾ ਇਹਦੇ ਵਿੱਚ ਉਹਨੇ ਮੈਨੂੰ ਸਵਾਲ ਵੀ ਪੁੱਛਿਆ ਸੀ ਕਿ ਵੋਟਾਂ ਜਿਹੜੀਆਂ ਕਿਉਂ ਘੱਟ ਬਣੀਆਂ। ਇਹਦੇ ਵਿੱਚ ਇਸ ਵਾਰ ਸਰਕਾਰ ਨੇ ਇਲੈਕਸ਼ਨ ਕਮਿਸ਼ਨ ਦਾ ਆਪਣਾ ਯਤਨ ਕਰ ਰਿਹਾ ਪੂਰਾ, ਜਿਹੜਾ ਹਮੇਸ਼ਾ ਦੀ ਤਰ੍ਹਾਂ ਵੋਟਾਂ ਬਣਾਉਣ ਦਾ ਇੱਕ ਪ੍ਰੋਸੈਸ ਹੁੰਦਾ ਉਹਨੂੰ ਸਮਾਂ ਵੀ ਦਿੱਤਾ ਗਿਆ, ਪਰ ਉਹਦੇ ਵਿੱਚ ਕੁਛ ਪਚੀਦਾ ਐਸੇ ਖੜ੍ਹੇ ਕਰ ਦਿੱਤੇ ਮਸਲੇ ਜਿਹਦੇ ਨਾਲ ਵੋਟਾਂ ਬਣਨ ਵਿੱਚ ਜਿਹੜੀ ਉਹ ਥੋੜ੍ਹੀ ਥੋੜ੍ਹੀ ਤਾਦਾਦ ਵਿੱਚ ਬਣੀਆਂ। ਅਸੀਂ ਮੰਗ ਕਰਦੇ ਹਾਂ ਇਹਨਾਂ ਕੋਲੋਂ ਚੀਫ ਇਲੈਕਸ਼ਨ ਕਮਿਸ਼ਨ ਸਾਹਿਬ ਤੋਂ ਵੀ ਕਿ ਆਪਣੇ ਉਹ ਅਧਿਕਾਰਾਂ ਦੀ ਵਰਤੋਂ ਕਰਨ ਜਿਹੜੇ BLO ਨਿਯੁਕਤ ਕੀਤੇ ਆ ਜਾਂ ਪਟਵਾਰੀ ਸਾਹਿਬਾਨ ਜਿਨ੍ਹਾਂ ਨੂੰ ਉਹ ਵੋਟਾਂ ਬਣਾ ਕੇ ਦਿੱਤੀਆਂ ਜਾਣੀਆਂ, ਉਹਨਾਂ ਕੋਲ ਜ਼ਿਲ੍ਹੇ ਕੋਈ ਵੀ ਬੰਦਾ ਆਪਣੇ ਫਾਰਮ ਜਮ੍ਹਾਂ ਕਰਾਉਣ ਜਾਂਦਾ ਅਤੇ ਉਹ ਕਹਿੰਦੇ ਆ ਜੀ ਵੀ ਤੁਸੀਂ ਇਹ ਤਸਦੀਕ ਕਰਾਓ ਸਾਨੂੰ, ਬੰਦੇ ਲੈ ਕੇ ਆਓ। ਹੁਣ BLO ਨਿਯੁਕਤ ਨਹੀਂ ਪਿਛਲੇ ਦਿਨ ਹੀ ਕੀਤੇ ਆ, ਉਹ BLO ਵੀ ਫਾਰਮ ਲੈ ਕੇ ਰੱਖ ਲੈਂਦੇ ਆ ਪਰ ਉਹਦੀ ਤਸਦੀਕ ਕਰਨ ਨੂੰ ਤਿਆਰ ਨਹੀਂ। ਮੈਂ ਇਲੈਕਸ਼ਨ ਕਮਿਸ਼ਨ ਸਾਹਿਬ ਤੋਂ ਇਹ ਮੰਗ ਕਰਦਾ ਕਿ ਸਰਕਾਰ ਜਿਹੜੀ ਆ ਇਸ ਮਸਲੇ ਵਿੱਚ ਦਖਲਅੰਦਾਜ਼ੀ ਕਰਕੇ ਵੋਟਾਂ ਘੱਟ ਬਣਾਉਣ ਦਾ ਰੁਝਾਨ ਜਿਹੜਾ ਆ ਉਹ ਸ਼ੋਅ ਕਰ ਰਹੀ ਆ। ਤੁਸੀਂ BLO ਨੂੰ ਜਿਹੜੇ ਆ ਉਹਨਾਂ ਨੂੰ ਇਹ ਹਦਾਇਤ ਕਰੋ ਕਿ ਜਿਲ੍ਹੇ ਕੋਈ ਬੰਦਾ ਉੱਥੇ ਵੋਟ ਜਮ੍ਹਾਂ ਕਰਾਉਣ ਜਾਂਦਾ ਉਹਨਾਂ ਦੀ ਤਸਦੀਕ ਘਰ ਘਰ ਜਾ ਕੇ ਆਪ ਕਰਨ। ਜੇ ਸਪੋਜ 10 ਬੰਦੇ ਜਾਂਦੇ ਆ ਉਹ 200 ਆਪਣੇ ਫਾਰਮ ਭਰ ਕੇ ਲੈ ਕੇ ਜਾਂਦੇ, ਫੋਰਮੈਲਿਟੀਆਂ ਪੂਰੀਆਂ ਕਰਕੇ, ਉਹਨਾਂ ਦੇ ਵਿੱਚ ਫੋਟੋ ਵੀ ਲੱਗੀ ਹੋਆ, ਉਹਨਾਂ ਦੇ ਵਿੱਚ ਉਹਦੀ ID ਵੀ ਲੱਗੀ ਹੋਆ, ਪਰ ਉਹ ਕਹਿੰਦੇ ਜੀ 200 ਦਾ 200 ਬੰਦਾ ਸਾਡੇ ਪੇਸ਼ ਕਰੋ, ਜਿਹੜਾ ਕਿ ਪੋਸੀਬਿਲਿਟੀ ਨਹੀਂ ਹੁੰਦੀ। ਜੇ ਸਰਕਾਰਾਂ ਜ਼ਿਲ੍ਹੇ 'ਚ ਵੋਟਾਂ ਬਣਾਉਂਦੀਆਂ, ਜ਼ਿਲ੍ਹੇ ਇਲੈਕਸ਼ਨ ਆਉਂਦੀ ਆ, ਉਹਨਾਂ ਦੀਆਂ ਵੋਟਾਂ 'ਚ ਸਿਰਫ ਸਧਾਈ ਕਰਨੀ ਹੁੰਦੀ ਆ, ਉਹ ਸਧਾਈ ਨੂੰ ਸਾਲ ਸਾਲ ਲੱਗ ਜਾਂਦਾ, 6-6 ਮਹੀਨੇ ਲੱਗ ਜਾਂਦੇ। ਹਾਲੇ ਕਰਨਾ ਕੀ ਹੁੰਦਾ ਵੀ ਕੋਈ ਬੰਦਾ ਵਿੱਚੋਂ ਪ੍ਰਲੋਕ ਸੁਧਾਰ ਗਿਆ, ਕੋਈ ਬੰਦਾ ਵਿਦੇਸ਼ ਚਲੇ ਗਿਆ, ਤਸਦੀਕ ਕਰਨੀ ਹੁੰਦੀ ਜਾਂ ਨਵੀਆਂ ਵੋਟਾਂ ਬਣਨੀਆਂ ਹੁੰਦੀਆਂ। ਅਤੇ ਸਾਨੂੰ ਤਾਂ ਸਮਾਂ ਹੀ ਸਿਰਫ ਪਹਿਲਾਂ 25 ਦਿਨ ਦਿੱਤਾ ਗਿਆ, ਹੁਣ ਇਹ 3 ਮਹੀਨੇ ਜਿਹੜਾ ਸਮਾਂ ਆ ਇਹ ਦਿੱਤਾ ਗਿਆ। ਇਹ ਸਰਕਾਰ ਦਾ ਮੁੱਢਲਾ ਫਰਜ਼ ਹੁੰਦਾ ਕਿ ਕੋਈ ਵੀ ਸਿੱਖ ਆਪਣੀ ਵੋਟ ਬਣਾਉਣ ਤੋਂ ਵਾਂਝਾ ਨਾ ਰਹਿ ਜਾਏ। ਇੱਥੇ ਤਾਂ ਉਲਟਾ ਹੋ ਰਿਹਾ, ਇੱਥੇ ਜੇ ਕੋਈ ਸਿੱਖ ਲੈ ਕੇ ਜਾਂਦਾ ਉਹਨੂੰ ਕਹਿੰਦੇ ਪਹਿਲਾਂ ਤਸਦੀਕ ਕਰਾ ਜਾ ਕੇ, ਠੀਕ ਆ ਤੁਹਾਨੂੰ ਅਧਿਕਾਰ ਆ ਤਸਦੀਕ ਕਰਨ ਦਾ, ਕਰੋ ਵੀ ਤਸਦੀਕ, ਪਰ ਹਰ ਇੱਕ ਪਿੰਡ ਦੇ ਵਿੱਚ ਜਾਓ ਜੇ ABCD ਕੋਈ ਵੋਟਾਂ ਉੱਥੇ ਫਾਰਮ ਜਮ੍ਹਾਂ ਕਰਾਉਂਦਾ ਉਹਨਾਂ ਦੀ ਤਸਦੀਕ BLO ਸਰਕਾਰ ਡਾਇਰੈਕਸ਼ਨ ਦੇਵੇ, ਇਲੈਕਸ਼ਨ ਕਮਿਸ਼ਨ ਉਹਨਾਂ ਨੂੰ ਡਾਇਰੈਕਸ਼ਨ ਦੇਵੇ ਤਾਂ ਕਿ ਉਹ ਸਰਕਾਰੀ ਪੱਧਰ ਦੇ ਉੱਤੇ ਜਿਵੇਂ ਅੱਗੇ ਚੱਲਦਾ ਸੀ ਕੰਮ ਉਸ ਪੱਧਰ ਦੇ ਉੱਤੇ ਵੋਟਾਂ ਬਣਾਈਆਂ ਜਾਣ। ਇਹਦਾ ਪਚੀਦਾ ਮਸਲਾ ਹੋਣ ਕਰਕੇ ਇਹ ਵੋਟਾਂ ਦੀ ਤਾਦਾਦ ਜਿਹੜੀ ਘੱਟ ਆ, ਪੈਸੇ ਜਿਹੜੀ 15 ਤੱਕ ਆ ਉਹ ਹੋਰ ਵਧੀ ਹੋਣੀ ਆ ਕਿਉਂਕਿ ਅਸੀਂ ਸਾਰਿਆਂ ਹਲਕਾਂ ਦੀ ਤਸਦੀਕ ਕੀਤੀ ਹੈ। ਸੋ ਸਰਕਾਰ ਨੂੰ ਚਾਹੀਦਾ ਕਿ ਇਹ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੋਟਰਾਂ ਪਾਉਣ ਦੀ ਜਿਹੜੀ ਆਪਣੇ ਪ੍ਰਕਿਰਿਆ ਆ ਇਹ ਠੀਕ ਆ ਵੀ ਅਸੀਂ ਫੋਟੋ ਵੀ ਲਾਉਣ ਡਏ, ਸਾਰੇ ID ਵੀ ਲਾਉਣ ਡਏ ਆ, ਪਰ ਤਸਦੀਕ ਦੀ ਜਿਹੜੀ ਉਹ ਹੈਗਾ ਪ੍ਰੋਸੈਸ ਉਹਨੂੰ ਆਪਣਾ ਸੁਖਾਲਾ ਕੀਤਾ ਜਾਵੇ। ਹਰ ਇੱਕ BLO ਇੱਕ ਇੱਕ ਪਿੰਡ ਦੇ ਵਿੱਚ ਲਗਾਤਾਰ 3 ਮਹੀਨੇ ਰਹੇ ਤਾਂ ਕਿ ਜਿਹੜਾ ਵੀ ਕੋਈ ਵੋਟ ਜਮ੍ਹਾਂ ਕਰਾਉਣਾ ਉਹਦਾ ਜੇ ਉਹਨੇ ਤਸਦੀਕ ਕਰਨੀ ਉਹ ਜਾ ਕੇ ਤਸਦੀਕ ਕਰ ਲਵੇ। ਹੁਣ ਹੁੰਦਾ ਕੀ ਆ ਕਿ BLO ਆ ਉਹਦੇ ਨਾਲ ਉਹ ਕਹਿੰਦਾ ਸੁਪਰਵਾਈਜ਼ਰ ਲੱਗਾ ਆ, ਉਹ ਬੰਦਾ ਜਾ ਕੇ ਪੁੱਛਦਾ ਜੀ ਮੈਂ ਫਾਰਮ ਜਮ੍ਹਾਂ ਕਰਾ ਤੇ ਸਾਈਨ ਵੀ ਲੈ ਲੈਂਦਾ, ਉਹ ਕਹਿੰਦਾ ਜੀ ਮੈਂ ਆਪਣੇ ਸੁਪਰਵਾਈਜ਼ਰ ਨਾਲ ਗੱਲ ਕਰੂੰਗਾ, ਸੁਪਰਵਾਈਜ਼ਰ ਕਹਿੰਦਾ ਨਹੀਂ ਜੀ ਇਹ ਠੀਕ ਨਹੀਂ। ਸੋ ਇਸ ਕਰਕੇ ਵਿਤਕਰਾ ਨਾ ਕੀਤਾ ਜਾਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਇਹ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਆ ਅਤੇ ਮੈਨੂੰ ਕਹਿਣ ਵਿੱਚ ਕੋਈ ਗਰੇਜ਼ ਨਹੀਂ। ਅੱਜ ਬਹੁਤ ਕੁਝ ਜਿਹੜਾ ਇਹਦੇ ਉੱਤੇ ਸਿੱਧੇ ਤੋਂ ਸਿੱਧੇ ਤੌਰ 'ਤੇ ਹਮਲੇ ਕਰਨ ਦਾ ਯਤਨ ਕੀਤਾ ਜਾ ਰਿਹਾ, ਜਿਹਦੀ ਆ ਮੌਜੂਦਾ ਮਹਾ ਜਿਹੜੀ ਆਪਣੇ ਮਿਸਾਲ ਆ ਸਾਨੂੰ ਮੂਹਰੇ ਮਿਲ ਰਹੀ ਆ। ਸੋ ਵੋਟਾਂ ਬਣਾਉਣੀਆਂ, ਕੋਈ ਵੀ ਬੰਦਾ ਵੋਟ ਬਣਾ ਸਕਦਾ, ਅਤੇ ਜੇ ਵੋਟਾਂ ਬਣਾਉਣ ਲਈ ਪ੍ਰੋਸੈਸੇ ਪਚੀਦਾ ਕਰ ਦਿਆਂਗੇ ਤਾਂ ਆਪਾਂ ਦੇਖਦੇ ਹਾਂ ਲੋਕ ਅੱਜ ਕੱਲ੍ਹ ਸਮੇਂ ਦੀ ਵੀ ਕਤਾਈ ਹੁੰਦੀ, ਕਈਆਂ ਦੇ ਬੀਜੀ ਪ੍ਰੋਸੈਸ ਹੁੰਦੇ ਆ। ਸੋ ਇਹ ਚੀਫ ਇਲੈਕਸ਼ਨ ਕਮਿਸ਼ਨਰ ਸਾਹਿਬ ਜੀ ਤੋਂ, ਜਸਟਿਸ ਸਾਰੋਂ ਸਾਹਿਬ ਤੋਂ ਮੈਂ ਮੰਗ ਕਰਦਾ ਕਿ ਇਹ ਚੇਚੇ ਤੌਰ 'ਤੇ ਤੁਸੀਂ ਡਿਊਟੀਆਂ ਲਾਓ ਤਾਂ ਕਿ ਵੱਧ ਤੋਂ ਵੱਧ ਜਿਹੜੀਆਂ ਉਹ ਵੋਟਾਂ ਆਉਂਦੀ ਇਲੈਕਸ਼ਨ ਲਈ ਜਿਹੜੀਆਂ ਉਹ ਤਿਆਰ ਹੋ ਸਕਣ। ਸੋ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਸਮਾਂ ਕੱਢ ਕੇ ਹਮੇਸ਼ਾ ਆਉਂਦੇ ਆ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਆ ਮੌਜੂਦਾ ਸਰਕਾਰ, ਦੇਖੋ ਮੇਰੀ ਬੇਨਤੀ ਸੁਣੋ, ਜਿਹੜੀ ਕੇਂਦਰ ਸਰਕਾਰ ਆ ਉਹਨੇ ਤਾਂ ਇਲੈਕਸ਼ਨ ਕਮਿਸ਼ਨ ਉਹਦੇ ਨਿਯੁਕਤੀ ਕਰ ਦਿੱਤੀ, ਇਹ ਥੱਲੜੇ ਦਾ ਜਿਹੜਾ ਪ੍ਰੋਸੈਸ ਆ ਉਹ ਪੰਜਾਬ ਸਰਕਾਰ ਦਾ ਆ। ਅਤੇ ਫਿਰ ਨੈਚੁਰਲੀ ਤੁਸੀਂ ਮੇਰੇ ਤੋਂ ਵੱਧ ਸਿਆਣੇ ਆ, ਅਤੇ ਫਿਰ ਉਹ ਅਸੀਂ ਕਿਉਂਕਿ ਦੋ ਵਾਰੀ ਮਿਲੇ ਵੀ ਹਾਂ, ਜਾ ਕੇ ਚੀਫ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਵੀ ਮਿਲੇ ਹਾਂ, ਅਤੇ ਉਹ ਕੌਣ ਕਰ ਰਹੀ ਹੈ, ਉਹ ਤਾਂ ਸਾਡੇ ਮੌਜੂਦਾ ਜਿਹੜੀ ਸਰਕਾਰ ਪੰਜਾਬ ਦੀ। ਹਾਂਜੀ, ਉਹਦੇ ਨਾਲ ਦੋ ਮਸਲੇ ਹੁੰਦੇ ਆ। ਇੱਕ ਤਾਂ ਇਹ ਹੁੰਦਾ ਵੀ ਜਿਹੜੀ ਸਿੱਖਾਂ ਦੀ ਜਿਹੜੇ ਤਾਦਾਦ ਪੰਜਾਬ ਦੇ ਵਿੱਚ ਬਤੌਰ ਵੋਟਰ ਉਹ ਘਟੂਗੀ, ਇਹ ਮੈਸੇਜ ਆਊਗਾ ਵੀ ਪੰਜਾਬ ਦੇ ਵਿੱਚ ਜਿਹੜੀ ਆ ਡੋਮੀਨੇਟਡ ਪੰਜਾਬ, ਇਹ ਜਿਹੜਾ ਸਟੇਟ ਆ ਇਹ ਡੋਮੀਨੇਟਡ ਸਿੱਖ ਸਟੇਟ ਨਹੀਂ ਰਿਹਾ। ਅਤੇ ਦੂਜਾ ਇਹਦੇ ਪਿੱਛੇ ਪੋਲੀਟੀਕਲ ਮੁੱਦਾ ਵੀ ਆ, ਉਹ ਪੋਲੀਟੀਕਲ ਮੁੱਦਾ ਤੁਸੀਂ ਮੇਰੇ ਤੋਂ ਵੱਧ ਜਾਣਦੇ ਆ ਕੀ ਆ। ਉਹ ਆ ਵੀ ਸਿੱਧੇ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਖਲ ਅੰਦਾਜ਼ੀ ਕਰਕੇ ਇਸ ਪ੍ਰਬੰਧ ਨੂੰ ਤਹਿਸ਼ ਨਹਿਸ਼ ਕੀਤਾ ਜਾਵੇ। ਦੇਖੋ ਇਹ ਵੀ ਕੁਦਰਤੀ ਇੱਕ ਇਫੈਕਟ ਹੁੰਦਾ ਆ, ਕਿਉਂਕਿ ਜਿਹੜਾ ਸਰਕਾਰ ਦਾ ਪ੍ਰੋਸੀਜਰ ਆ MLA MP ਦੀਆਂ ਇਲੈਕਸ਼ਨਾਂ ਉਹਦੇ 'ਚ 18 ਸਾਲ ਆ, ਪਰ ਹੁਣ ਕਿਉਂਕਿ ਇਹ ਪ੍ਰੋਸੈਸ ਸ਼ੁਰੂ ਹੋ ਚੁੱਕਾ ਅਤੇ 19-21 ਸਾਲ ਦਾ ਇਹ ਵੀ ਥੋੜ੍ਹਾ ਜਿਹਾ ਇੱਕ ਆ ਜਾਂਦਾ ਵੀ, ਕਿਉਂਕਿ 18 ਸਾਲ ਦਾ ਬੱਚਾ 3 ਸਾਲ ਦਾ ਗੱਭੇ ਗੈਪ ਏਜ ਦਾ ਪੈ ਜਾਂਦਾ, ਇਹ ਵੀ ਆ। ਪਰ ਕਾਰਨ ਮੈਂ ਜਿਹੜਾ ਸਾਨੂੰ ਦੱਸਿਆ, ਕਾਰਨ ਅਲਟੀਮੇਟਲੀ ਉਹੋ ਜਿਹਾ। ਦੇਖੋ ਇਹ ਵੀ ਇੱਕ ਫੈਕਟਰ ਹੋ ਸਕਦਾ, ਪਰ ਮੈਂ ਸਮਝਦਾ ਇੱਕ ਇਹ ਬਹਾਨਾ ਬਣਾ ਕੇ ਆਪਾਂ ਵੀ ਸ਼ਾਇਦ ਪਤਤ ਪੁਣੇ ਦਾ ਵੱਧ ਅਸਰ ਆ। ਠੀਕ ਆ, ਇਹਦਾ ਅਸਰ ਹੈ, ਪਰ ਉਹਨਾਂ ਨੇ ਜਿੰਨਾ ਆਪਾਂ ਕਰਦੇ, ਕਿਉਂਕਿ ਵੋਟਰ ਦਾ ਪਿੰਡਾਂ ਦੇ ਵਿੱਚ ਸਾਰੇ ਬਹੁਤ ਆਦ ਦੇ ਵਿੱਚ ਜਿਹੜੇ ਆ ਉਹ ਸਿੱਖ ਹਾਲੇ ਵੀ ਮੌਜੂਦ ਆ। ਨਹੀਂ, ਅਸੀਂ ਮੈਂ ਇਹ ਨਹੀਂ ਮੰਗ ਕਰ ਰਿਹਾ, ਮੈਂ ਇਹ ਮੰਗ ਕਰ ਰਿਹਾ ਵੀ ਜੇ ਬੰਦਾ ਸਪੋਜ਼ ਤੁਸੀਂ ਹੁਣ ਕਿਸੇ ਨੂੰ ਜਾ ਕੇ ਆਪਣੇ ਵਾਰਡ ਦੇ ਜਾਂ ਆਪਣੇ ਪਿੰਡ ਦੇ 10 ਫਾਰਮ ਜਮ੍ਹਾਂ ਕਰਾਏ ਆ, ਉਹ 10 ਦੀ ਉਹਨੇ ਕਹਿਣਾ ਵੀ ਤਸਦੀਕ ਕਰਾਓ, ਬੰਦੇ ਲਿਆਓ। ਮੈਂ ਇਹ ਕਹਿ ਰਿਹਾ ਵੀ ਤੁਸੀਂ ਆਪਣੇ ਨਾਲ ਉਹਨੂੰ ਕਹੋ ਜੀ ਚਲੋ ਆਪਣੇ ਘਰ ਘਰ ਦੇ ਵਿੱਚ ਆਹ ਇਹਨਾਂ ਦੇ ਐਡਰੈਸ ਆ, ਇਸ ਪਿੰਡ ਦੀਆਂ ਵੋਟਾਂ, ਉਹ ਤਸਦੀਕ ਕਰ ਲੈਣ ਜਾ ਕੇ। ਥੋੜ੍ਹਾ ਜਿਹੜਾ ਇਹ ਆਪਣੇ ਪ੍ਰੋਸੀਜਰ ਆ ਥੋੜ੍ਹਾ ਸੁਖਾਲਾ ਹੋ ਜਾਏ। ਉਹਦੀ ਗੁਰਿੰਦਰ ਸਿੰਘ ਸਾਡਾ ਇਨਕੁਆਇਰੀ ਕਰ ਰਿਹਾ, ਉਹ ਇੱਕ ਅੱਧੇ ਦਿਨ 'ਚ ਉਹਦੀ ਰਿਪੋਰਟ ਆ ਜਾਣੀ ਆ। ਚਲੋ ਇਹ ਮੈਂ ਨਹੀਂ ਹਾਲੇ ਕਹਿੰਦਾ, ਇਹ ਤਾਂ ਇਨਕੁਆਇਰੀ ਹੁਣ ਗੁਰਿੰਦਰ ਸਿੰਘ ਕਰ ਰਿਹਾ, ਜਦੋਂ ਉਹਦੀ ਰਿਪੋਰਟ ਆ ਜਾਊਗੀ ਤੁਹਾਡੇ ਕੋਲ ਨਸ਼ਰ ਕਰ ਦਿਆਂਗੇ ਸਾਰੇ। ਧੰਨਵਾਦ। ਜੱਬਲਪੁਰ ਦੇ ਵਿੱਚ ਜਿਹੜੀ ਮੇਰੀ ਮੈਨੂੰ ਜਿਹੜੀ ਜਾਣਕਾਰੀ ਰਾਤ ਮਿਲੀ ਆ ਉਹ ਇਹ ਆ ਵੀ ਉਹ ਆਪੋ ਵਿੱਚ ਹੀ ਮੁੰਡੇ ਪੰਜਾਬੀਆਂ ਦੇ ਜਿਹੜੇ ਉਹ ਝਗੜੇ ਆ, ਉਹ ਕੁਛ ਜਿਹੜੇ ਸੀਗੇ ਕੇਸਾਧਾਰੀ ਨਹੀਂ ਸੀਗੇ ਉਹ। ਫਿਰ ਮੈਨੂੰ ਰਾਤ ਉਹਨਾਂ ਦਾ ਟੈਲੀਫੋਨ ਆਇਆ ਵੀ ਇਹ, ਕਿਉਂਕਿ ਸਾਡਾ ਤਾਂ ਫਰਜ਼ ਸ਼੍ਰੋਮਣੀ ਕਮੇਟੀ ਨੂੰ ਜਿਹੜੇ ਖਬਰ ਮਿਲਦੀ ਅਸੀਂ ਤਾਂ ਉਹਦੇ 'ਤੇ ਕਰਨਾ ਹੀ ਹੁੰਦਾ ਕੋਈ ਨਾ ਕੋਈ ਡਾਕ, ਪਰ ਮੈਨੂੰ ਪਤਾ ਲੱਗਾ ਵੀ ਉਹ ਆਪਸ ਵਿੱਚ ਹੀ ਜਿਹੜੇ ਆ ਇੱਕ ਕਮਿਊਨਿਟੀ ਦੇ ਹੀ ਆ, ਦੂਸਰੇ ਦਿਨ ਕੋਈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੇ ਯਤਨ ਆਪਣੇ ਕਰਕੇ ਉਹਨਾਂ ਦਾ ਪੂਰਾ ਇੰਤਜ਼ਾਮ ਕਰੂਗੀ। 25 ਤਰੀਕ ਨੂੰ ਜਥਾ ਜਾਣਾ ਆ, ਇੱਥੋਂ ਵੀ ਪ੍ਰੋਪਰ ਜਾਊਗਾ ਅਤੇ ਉੱਥੇ ਗਾਹਾਂ ਵੀ ਜਿਹੜਾ ਉਹਨਾਂ ਦਾ ਇੰਤਜ਼ਾਮ ਉਹ ਵੀ ਸਾਰਾ। ਇਹ ਬੀਜੇ ਕੱਟਣ ਦਾ ਸਾਨੂੰ ਨਹੀਂ ਗਾ, ਇਹਦਾ ਮੈਸੇਜ ਨੂੰ ਤੁਸੀਂ ਸਵਾਲ ਕਰੋ ਨਾ ਕਿਉਂ ਕੱਟਦੇ ਆ ਉਹ।